ಅವನು ಮಾರ್ಗ ಅಕ್ಕ ಹುಟ್ರಿದ್ರು ਪੰਜਾਬ 'ਚ ਕੁਝ ਲੋਕਾਂ ਨੂੰ ਪਾਵਰ ਮਿਲੀ ਹੈ ਸਰਕਾਰ ਦੇ ਅਖੀਰਲੇ ਦਿਨਾਂ 'ਚ ਉਹਨਾਂ ਨੂੰ ਲੱਗਦਾ ਹੈ ਕਿ ਇਸ ਪਾਵਰ ਦਾ ਪੂਰਾ ਆਨੰਦ ਮਾਣ ਲਿਆ ਜਾਵੇ ਬੱਤੀਆਂ ਵਾਲੀਆਂ ਗੱਡੀਆਂ 'ਚ ਘੁੰਮ ਲਈਏ ਹੂਟਰ ਵਜਾ ਲਈਏ ਤੇ ਵੀਵੀਆਈਪੀ ਬਣ ਕੇ ਲੋਕਾਂ 'ਚ ਵਿਚਰ ਲਈਏ ਇੱਕ ਵੀਡੀਓ ਸਾਹਮਣੇ ਆਇਆ ਕਾਂਗਰਸੀ ਲੀਡਰ ਦਾ ਜੋ ਪੀਆਰਟੀਸੀ ਦੇ ਨਵੇਂ-ਨਵੇਂ ਚੇਅਰਮੈਨ ਬਣੇ ਨੇ ਤੇ ਨਾਮ ਹੈ ਸਤਵਿੰਦਰ ਸਿੰਘ ਚੇੜੀਆਂ ਚੇਅਰਮੈਨ ਨੂੰ ਮਿਲਣ ਮਗਰੋਂ ਹੂਟਰ ਵਾਲੀ ਗੱਡੀ ਮਿਲ ਗਈ ਤਾਂ ਇੰਜ ਮੰਨੋ ਕਿ ਨੇਤਾ ਜੀ ਨੂੰ ਹੂਟਰ ਦਾ ਬੁਖਾਰ ਚੜ ਗਿਆ ਹੋਵੇ ਅੱਜ ਕੱਲ ਡੇਂਗੂ ਬੁਖਾਰ ਕਾਫੀ ਚੱਲ ਰਿਹਾ ਜਿਸ ਦਾ ਇਲਾਜ ਹੋ ਜਾਂਦਾ ਪਰ ਇਸ ਹੂਟਰ ਵਾਲੇ ਬੁਖਾਰ ਦਾ ਕਿਹਾ ਜਾਂਦਾ ਹੈ ਕਿ ਕੋਈ ਇਲਾਜ ਨਹੀਂ ਹੁੰਦਾ ਤੁਸੀਂ ਆ ਵੀਡੀਓ ਦੇਖੋਗੇ ਤਾਂ ਲੀਡਰਾਂ ਦੀ ਮਾਨਸਿਕਤਾ ਦਾ ਵੀ ਅੰਦਾਜ਼ਾ ਲੱਗ ਜਾਏਗਾ ਸਤਵਿੰਦਰ ਚੇੜੀਆਂ ਚੇਅਰਮੈਨ ਬਣੇ ਹੂਟਰ ਵਾਲੀ ਗੱਡੀ ਸ਼ਾਇਦ ਪਹਿਲੀ ਵਾਰ ਬੈਠੇ ਹੋਣ ਨਾਲ ਬੈਠਾ ਬੰਦਾ ਕਹਿ ਰਿਹਾ ਹੁਣ ਮਾਰ ਕਾਕਾ ਹੂਟਰ ਜਰਾ ਚੇਅਰਮੈਨ ਸਾਹਿਬ ਪੋਜ ਦੇ ਕੇ ਵੀਡੀਓ ਬਣਵਾ ਰਹੇ ਸੀ ਹੂਟਰ ਦਾ ਬਟਨ ਛੱਡਣ ਦੀ ਆਵਾਜ਼ ਆਉਂਦੀ ਹੈ ਤੇ ਫਿਰ ਵੱਜਦਾ ਹੈ ਹੂਟਰ ਹੁਣ ਮਾਰ ਕਾਕਾ ਹੂਟਰ ਜਰਾ ਹੂਟਰ ਲੱਗਣ ਤੋਂ ਪਹਿਲਾਂ ਜਦੋਂ ਗੱਡੀ ਦੇ ਅੱਗੇ ਚੇਅਰਮੈਨੀ ਵਾਲੀ ਝੰਡੀ ਲੱਗ ਰਹੀ ਸੀ ਤਾਂ ਉਸ ਦਾ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਤਾਂ ਚਲੋ ਮੰਨ ਲੈਂਦੇ ਹਾਂ ਕਿ ਕਿਸੇ ਸ਼ੁਭ ਚਿੰਤਕ ਨੇ ਬਣਾ ਕੇ ਵਾਇਰਲ ਕਰਤਾ ਹੋਵੇਗਾ ਪਰ ਹੂਟਰ ਵਾਲਾ ਤਾਂ ਦੇਖੋ ਜਿਸ ਚੇਅਰਮੈਨ ਸਾਹਿਬ ਦੇ ਸਾਥੀ ਕਹਿੰਦੇ ਨੇ ਹੁਣ ਮਾਰ ਕਾਕਾ ਹੂਟਰ ਜਰਾ ਇੱਕ ਵਾਰ ਹੋਰ ਦੇਖ ਲਓ ਜਰਾ ਇਹ ਵੀਡੀਓ ਹੁਣ ਮਾਰ ਕਾਕਾ ਹੂਟਰ ਜਰਾ ਕੈਪਟਨ ਦੇ ਕਰੀਬੀ ਨੂੰ ਹਟਾ ਕੇ ਪੰਜਾਬ ਸਰਕਾਰ ਨੇ ਹੁਣੇ-ਹੁਣੇ ਇਹਨਾਂ ਨੂੰ ਪੀਆਰਟੀਸੀ ਦਾ ਚੇਅਰਮੈਨ ਲਗਾਇਆ ਹੈ ਕਾਂਗਰਸ ਨੇ ਚੋਣ ਸਮੇਂ ਕਿਹਾ ਸੀ ਕਿ ਅਸੀਂ ਵੀਵੀਆਈਪੀ ਕਲਚਰ ਖਤਮ ਕਰਾਂਗੇ ਜਿੱਥੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਵਾਰ-ਵਾਰ ਇਸ ਗੱਲ ਦੀ ਦੁਹਾਈ ਦਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਉਹਨਾਂ ਨੇ ਆਪਣੀ ਸੁਰੱਖਿਆ ਵੀ ਘਟਾ ਦਿੱਤੀ ਹੈ ਸਰਕਾਰ ਇਹ ਮੈਨੀਫੈਸਟੋ ਲਿਖ ਕੇ ਲਿਆਈ ਸੀ ਕਿ ਬੱਤੀ ਕਲਚਰ ਖਤਮ ਕਰਾਂਗੇ ਤੇ ਹੂਟਰ ਨਹੀਂ ਵੱਜਣਗੇ ਮਨਪ੍ਰੀਤ ਬਾਦਲ ਨੇ ਵੀ ਕਿਹਾ ਸੀ ਕਿ ਵੀਵੀਆਈਪੀ ਤੇ ਬੱਤੀ ਕਲਚਰ ਨੂੰ ਖਤਮ ਕੀਤਾ ਜਾਏਗਾ ਪਰ ਸ਼ਾਇਦ ਹੂਟਰ ਤੇ ਸੱਤਾ ਦਾ ਨਸ਼ਾ ਅਜਿਹਾ ਹੈ ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ ਤੁਸੀਂ ਦੇਖ ਲਓ ਅਗਵਾਈ ਕਰਨ ਵਾਲੇ ਲੀਡਰ ਜਿਨ੍ਹਾਂ ਨੂੰ ਹੂਟਰ ਵਜਾ ਕੇ ਸਕੂਨ ਮਿਲ ਰਿਹਾ ਉਹ ਅੱਗੇ ਕੀ ਕਰਨਗੇ ਖੈਰ ਪੰਜਾਬ ਸਰਕਾਰ ਦਾ ਕੁਝ ਮਹੀਨਿਆਂ ਦਾ ਕਾਰਜਕਾਲ ਹੈ ਤੇ ਅਖੀਰਲੇ ਸਮੇਂ ਤੇ ਚੇਅਰਮੈਨ ਦੀ ਕੁਰਸੀ ਤੇ ਸਰਕਾਰੀ ਗੱਡੀ ਤੇ ਲੱਗੇ ਹੂਟਰ ਦਾ ਇਹ ਚੇਅਰਮੈਨ ਸਾਹਿਬ ਆਨੰਦ ਮਾਣ ਰਹੇ ਨੇ ਇਹ ਬੱਤੀ ਕਲਚਰ ਉਦੋਂ ਤੱਕ ਖਤਮ ਨਹੀਂ ਹੋਏਗਾ ਜਦੋਂ ਤੱਕ ਸਾਡੇ ਦਿਮਾਗ 'ਚੋਂ ਸੱਤਾ ਦਾ ਨਸ਼ਾ ਤੇ ਵੀਵੀਆਈਪੀ ਪੁਣਾ ਨਹੀਂ ਉਤਰੇਗਾ ਖੈਰ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਦੇਖਣਾ ਹੈ ਕਿ ਸਰਕਾਰ ਕੀ ਐਕਸ਼ਨ ਲੈਂਦੀ ਹੈ ਬਿਊਰੋ ਰਿਪੋਰਟ ਪ੍ਰੋ ਪੰਜਾਬ ਟੀਵੀ ਹੁਣ ਮਾਰ ਕਾਕਾ ਹੂਟਰ ਜਰਾ